ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਨਿਰਗੁਣ ਯਾਰ ਇਆਨਿਆ, ਸੋ ਪ੍ਰਭ ਸਦਾ ਸਮਾਲ, ਜਿਨ ਕੀਆ ਤਿਸ ਚੀਤ ਰੱਖ, ਨਾਨਕ ਨਿਭ ਹੀ ਨਾਲ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ, ਅੱਜ ਆਪਾਂ ਅਧਿਆਏ 28 ਵਿੱਚ ਭਾਈ ਗੁਰਦਾਸ ਜੀ ਦਾ ਸੰਗਤ ਨੂੰ ਪ੍ਰੇਰਨ ਦਾ ਪ੍ਰਸੰਗ ਸਰਵਣ ਕਰਾਂਗੇ ਜੀ। ਆਓ ਬੜੇ ਪਿਆਰ ਨਾਲ ਇਹ ਪ੍ਰਸੰਗ ਸਰਵਣ ਕਰੀਏ। ਭਾਈ ਗੁਰਦਾਸ ਜੀ ਨੇ ਜਦ ਆਪਣੀ ਭੈਣ ਬੀਬੀ ਭਾਨੀ ਤੋਂ ਸਾਰੀ ਗੱਲਬਾਤ ਸੁਣੀ ਤਾਂ ਚਿੱਤ ਵਿੱਚ ਕਈ ਦਲੀਲਾਂ ਵਿਚਾਰਨ ਲੱਗੇ। ਇਹ ਅਤ ਅਯੋਗ ਗੱਲ ਹੈ, ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਾਂਤ ਰੂਪ ਹਨ, ਕਿਸੇ ਨੂੰ ਵੀ ਕੁਝ ਨਹੀਂ ਕਹਿੰਦੇ ਹਨ। ਪ੍ਰਿਥੀਆ ਵਲ ਛਲ ਕਰਕੇ ਧਨ ਲੈ ਜਾਂਦਾ ਹੈ, ਗੁਰੂ ਬਣ ਕੇ ਸੰਗਤ ਨੂੰ ਆਪਣੀ ਬਣਾਉਂਦਾ ਹੈ। ਗੁਰਤਾ ਦਾ ਇਹ ਕਾਰਜ ਹੈ ਕਿ ਲੋੜ ਪੈਣ 'ਤੇ ਸਿੱਖਾਂ ਦੀ ਸਹਾਇਤਾ ਕਰੇ। ਪਹਿਲਾਂ ਤਾਂ ਇਸ ਲੋਕਾਈ ਵਿੱਚ ਭਾਰੀ ਸੰਕਟ ਆ ਪਵੇਗਾ। ਜੇ ਕਿਸੇ ਨੂੰ ਪੁੱਤਰ ਅਤੇ ਧਨ ਦੀ ਲੋੜ ਹੋਵੇਗੀ ਤਦ ਇਹਨਾਂ ਪਾਸੋਂ ਕੁਝ ਨਹੀਂ ਬਣ ਸਕੇਗਾ। ਸਿੱਖਾਂ ਵਿੱਚ ਅਸ਼ਰਧਾ ਪੈਦਾ ਹੋ ਜਾਵੇਗੀ, ਸਾਰੇ ਗੁਰੂ ਘਰ ਦੀ ਪੂਜਾ ਕਰਨੀ ਛੱਡ ਦੇਣਗੇ। ਇਸ ਤਰ੍ਹਾਂ ਦੀ ਗੁਰਤਾ ਸਿੱਖੀ ਵਿੱਚ ਘਾਟਾ ਪਾਵੇਗੀ। ਇਹ ਪ੍ਰਪੰਚ ਜੋ ਰਚਿਆ ਹੈ ਇਹ ਨਿਵੇਗਾ ਨਹੀਂ। ਗੁਰੂ ਜੀ ਗੁਪਤ ਰਹਿਣਗੇ, ਉਹਨਾਂ ਨੂੰ ਕੋਈ ਵੇਖ ਨਹੀਂ ਸਕੇਗਾ, ਮਿਲਣ ਬਗੈਰ ਕਿਵੇਂ ਖਬਰ ਹੋਵੇਗੀ। ਭਾਈ ਗੁਰਦਾਸ ਜੀ ਇਸ ਤਰ੍ਹਾਂ ਦਿਲ ਵਿੱਚ ਵਿਚਾਰ ਕੇ ਗੁਰੂ ਕੇ ਚੱਕ ਗੁਰੂ ਪਾਸ ਹੀ ਰਹੇ। ਦੋਵਾਂ ਭਰਾਵਾਂ ਦੀ ਖੋਟੀ ਨੀਤੀ ਨੂੰ ਵੇਖਿਆ, ਇਹ ਬਹੁਤ ਮਾੜਾ ਕੰਮ ਕਰਦੇ ਹਨ, ਹਿਰਦੇ ਵਿੱਚ ਇਹਨਾਂ ਦੀ ਇਹ ਕਰਤੂਤ ਜਰੀ ਨਹੀਂ ਜਾ ਸਕਦੀ। ਦੋਵੇਂ ਸੰਗਤ ਪਾਸੋਂ ਧਨ ਖੋ ਰਹੇ ਹਨ। ਫਿਰ ਉਹਨਾਂ ਨੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਨੂੰ ਕਿਹਾ, ਗੁਰਿਆਈ ਦੀ ਪਦਵੀ ਤੁਸੀਂ ਪ੍ਰਾਪਤ ਕੀਤੀ ਹੈ, ਪੂਜਾ ਉਹ ਕਰਵਾ ਰਹੇ ਹਨ, ਇਹ ਕਿਵੇਂ ਨਿਰਵਾਹ ਹੋਵੇਗਾ? ਇਹ ਕੁਝ ਕਿਹਾ ਨਹੀਂ ਜਾ ਸਕਦਾ। ਜਿਵੇਂ ਗੁਰੂ ਜੀ ਦੀ ਜਗ ਦੀ ਜੋਤ ਤੁਹਾਨੂੰ ਪਿੱਛੇ ਛੱਡ ਗਏ ਹਨ, ਤੁਸੀਂ ਵੀ ਉਹਨਾਂ ਵਾਂਗ ਪ੍ਰਗਟ ਹੋਵੋ। ਇਸ ਪਦਵੀ ਨੂੰ ਲੁਕਾ ਕੇ ਰੱਖਣਾ ਉਚਿਤ ਨਹੀਂ, ਜਗਤ ਵਿੱਚ ਸਿੱਖੀ ਦਾ ਵਿਸਥਾਰ ਕਰੋ, ਕਰਾਮਾਤ ਦੇ ਬਲ 'ਤੇ ਭਿਟਾਵਾਂ ਲਵੋ। ਚਾਰੇ ਪਾਸੇ ਅਣਗਿਣਤ ਗੁਰੂ ਦੀ ਸੰਗਤ ਹੈ, ਮੇਰੇ ਮਨ ਵਿੱਚ ਇੱਕ ਸੰਸਾ ਹੋਰ ਵੀ ਹੈ, ਜੇ ਤਿੰਨੇ ਭਰਾ ਇਸ ਤਰ੍ਹਾਂ ਰਹਿਣਗੇ ਤਾਂ ਤੁਹਾਡੇ ਪਾਸ ਧਨ ਨਹੀਂ ਆਵੇਗਾ, ਤਾਂ ਘਰ ਵਿੱਚ ਦਲਿੱਦਰ ਵਰਤ ਜਾਵੇਗਾ। ਸ਼੍ਰੀ ਗੁਰੂ ਰਾਮਦਾਸ ਜੀ ਭਗਵੰਤ ਨੇ ਤੁਹਾਨੂੰ ਅੰਤ ਸਮੇਂ ਕਿਹਾ ਸੀ, ਸ਼੍ਰੀ ਅੰਮ੍ਰਿਤਸਰ ਦੀ ਕਾਰ ਸੇਵਾ ਕਰਾਓ, ਸਰੋਵਰ ਦੀਆਂ ਪੌੜੀਆਂ ਪੱਕੀਆਂ ਬਣਾਓ। ਇਸ ਤਰ੍ਹਾਂ ਜੇ ਆਪਣੀ ਬਿਰਤੀ ਰੱਖੋਗੇ ਤਾਂ ਸਰੋਵਰ ਬਣਾਉਣ ਦੇ ਕਾਰਜ ਦੀ ਕਿਵੇਂ ਅਭਿਲਾਸ਼ਾ ਰੱਖੋਗੇ? ਇਸ ਨੂੰ ਬਣਾਉਣ ਵਿੱਚ ਹਜ਼ਾਰਾਂ ਰੁਪਇਆਂ ਦੀ ਲਾਗਤ ਆਵੇਗੀ, ਇਹ ਮਹਾਨ ਕੰਮ ਕਿਵੇਂ ਹੋ ਸਕੇਗਾ? ਉੱਦਮ ਕਰਕੇ ਜੱਗ ਵਿੱਚ ਪ੍ਰਗਟ ਹੋਵੋ, ਜਿਸ ਦੇ ਬਰਾਬਰ ਤੁਹਾਡੇ ਭਰਾ ਨਾ ਹੋ ਸਕਣ। ਸ਼੍ਰੀ ਅਰਜਨ ਦੇਵ ਜੀ ਇਹ ਸੁਣ ਕੇ ਬੋਲੇ, ਉਹਨਾਂ ਦੋਹਾਂ ਨੇ ਮਨ ਵਿੱਚ ਤ੍ਰਿਸ਼ਨਾ ਧਾਰਨ ਕੀਤੀ ਹੋਈ ਹੈ, ਭੱਜ ਭੱਜ ਕੇ ਧਨ ਨੂੰ ਸਾਂਭਦੇ ਹਨ ਕਿ ਕਿਤੇ ਬਾਹਰ ਨਾ ਚਲਾ ਜਾਏ। ਉਹਨਾਂ ਨੂੰ ਕਿਵੇਂ ਸੰਤੋਖ ਆਵੇਗਾ? ਝੂਠ ਬੋਲਦੇ ਹਨ ਅਤੇ ਛਲ ਵੱਲ ਹੀ ਉਹਨਾਂ ਧਾਰਨ ਕਰ ਲਿਆ ਹੈ ਅਤੇ ਰਾਤ ਦਿਨ ਈਰਖਾਲੂ ਬਿਰਤੀ ਨੂੰ ਅਪਣਾਇਆ ਹੋਇਆ ਹੈ। ਅਸੀਂ ਇਹ ਗੁਰਗੱਦੀ ਧਨ ਵਾਸਤੇ ਨਹੀਂ ਲਈ, ਤ੍ਰਿਸ਼ਨਾ ਦੀ ਚਾਹਤ ਮਨ ਦੀ ਹਾਨੀ ਹੈ, ਸਾਰੇ ਵਿਕਾਰਾਂ ਦਾ ਜੋ ਵਿਨਾਸ਼ ਹੈ, ਅਸੀਂ ਉਸ ਧਨ ਦੀ ਆਸ ਕਿਉਂ ਰੱਖੀਏ? ਸਿੱਖਾਂ ਦੇ ਵਿਕਾਰਾਂ ਨੂੰ ਉਹਨਾਂ ਦੇ ਦਿਲਾਂ ਵਿੱਚੋਂ ਦੂਰ ਕਰਨਾ ਹੈ, ਜੇ ਅਸੀਂ ਵੀ ਉਹਨਾਂ ਵਾਂਗ ਧਾਰਨ ਕਰੀਏ ਤਾਂ ਪੁੱਠੀ ਗੱਲ ਹੋ ਜਾਏਗੀ। ਸਰੋਵਰ ਦੇ ਨਿਰਮਾਣ ਆਦਿ ਦੇ ਸਾਰੇ ਕਾਰਜ ਸ਼੍ਰੀ ਗੁਰੂ ਨਾਨਕ ਦੇਵ ਜੀ ਉਹ ਦਿਨ ਰਾਤ ਸਵਾਰਦੇ ਹਨ। ਜੇ ਤੁਸੀਂ ਉਹਨਾਂ ਵਾਸਤੇ ਉਪਕਾਰ ਕਰਨਾ ਚਾਹੁੰਦੇ ਹੋ ਤਾਂ ਸਰੋਵਰ ਦੀ ਉਸਾਰੀ ਸ਼ੁਰੂ ਕਰਕੇ ਮਨੁੱਖਾਂ ਦਾ ਉਧਾਰ ਕਰੋ। ਸਾਵਧਾਨ ਹੋ ਕੇ ਉੱਦਮ ਕਰੋ, ਗੁਰੂ ਭਗਵਾਨ ਜੀ ਤੁਹਾਡੇ ਸਹਾਇਕ ਬਣਨਗੇ। ਭਾਈ ਗੁਰਦਾਸ ਜੀ ਨੇ ਇਹ ਸਾਰੀ ਗੱਲ ਸੁਣ ਕੇ ਵਿਚਾਰ ਕੀਤੀ, ਇਹਨਾਂ ਨੇ ਯੋਗ ਗੱਲ ਕਹੀ ਹੈ, ਉਹਨਾਂ ਵਾਂਗ ਸਾਡਾ ਕਾਰਜ ਕਰਨਾ ਬਣਦਾ ਨਹੀਂ ਹੈ, ਅਸੀਂ ਸਿੱਖਾਂ ਦੇ ਵਿਕਾਰਾਂ ਨੂੰ ਦੂਰ ਕਰਨਾ ਹੈ, ਤ੍ਰਿਸ਼ਨਾ ਕਰਨ ਵਾਲਿਆਂ ਵਾਂਗ ਕਰਨਾ ਇਹਨਾਂ ਨੂੰ ਕਿਸੇ ਤਰ੍ਹਾਂ ਬਣਦਾ ਨਹੀਂ ਹੈ, ਸਿੱਖਾਂ ਨੂੰ ਗੁਰੂ ਜੀ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਇਸ ਕਰਕੇ ਮੈਨੂੰ ਹੁਣ ਉਦਮ ਕਰਨਾ ਚਾਹੀਦਾ ਹੈ ਅਤੇ ਜਗਤ ਉੱਤੇ ਮੈਨੂੰ ਹੁਣ ਇਹ ਉਪਕਾਰ ਕਰਨਾ ਚਾਹੀਦਾ ਹੈ। ਸਾਰਿਆਂ ਨੂੰ ਗੁਰੂ ਜੀ ਦੇ ਉਪਦੇਸ਼ ਤੋਂ ਜਾਗਰਤ ਕਰਾਵਾਂ ਅਤੇ ਸ਼ੁਭ ਨੀਤੀ ਅਨੁਸਾਰ ਅਸਲ ਗੁਰੂ ਜੀ ਨੂੰ ਪ੍ਰਗਟ ਕਰਾਂ। ਭਾਈ ਗੁਰਦਾਸ ਜੀ ਨੇ ਇਸ ਤਰ੍ਹਾਂ ਮਨ ਵਿੱਚ ਵਿਚਾਰ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸ ਹੀ ਨਿਵਾਸ ਰੱਖ ਲਿਆ।
ਸ਼੍ਰੀ ਗੁਰੂ ਅਰਜਨ ਦੇਵ ਜੀ ਪਾਸ ਹੀ ਨਿਵਾਸ ਰੱਖ ਲਿਆ। ਦੋਹਾਂ ਪਾਸਿਆਂ ਨੂੰ ਸਾਰਿਆਂ ਤੋਂ ਧੰਨ ਲੈਂਦਿਆਂ ਵੇਖਦਿਆਂ ਜਦ ਕਾਫੀ ਦਿਨ ਬੀਤ ਗਏ ਤਾਂ ਇੱਕ ਦਿਨ ਇੱਕ ਸਿੱਖ ਤੋਂ ਗੱਲ ਕੰਨਾਂ ਨਾਲ ਸੁਣੀ, ਬਹੁਤ ਸੰਗਤ ਚੱਲੀ ਆ ਰਹੀ ਹੈ। ਤਾਂ ਭਾਈ ਗੁਰਦਾਸ ਜੀ ਨੇ ਹਿਰਦੇ ਵਿੱਚ ਇਸ ਤਰ੍ਹਾਂ ਵਿਚਾਰ ਕੀਤੀ, ਬੈਠਿਆਂ ਰਹਿਣ ਨਾਲ ਕੋਈ ਨਹੀਂ ਆਉਣ ਲੱਗਾ, ਦੋ ਤਿੰਨ ਗੁਰੂ ਜੀ ਦੇ ਸਿੱਖ ਲੈ ਕੇ ਭਾਈ ਗੁਰਦਾਸ ਜੀ ਚੁੱਪ ਚਾਪ ਹੀ ਚਲੇ ਗਏ। ਰਾਮਦਾਸ ਚੱਕ ਤੋਂ ਵੀ ਬਾਹਰ ਚਲੇ ਗਏ ਅਤੇ ਪੰਜਾਂ ਕੋਹਾਂ 'ਤੇ ਜਾ ਡੇਰਾ ਲਾਇਆ। ਉੱਥੇ ਜਾ ਕੇ ਇੱਕ ਥੜਾ ਬਣਾ ਲਿਆ ਅਤੇ ਭਲੀ ਪ੍ਰਕਾਰ ਸਫੇਦ ਕੱਪੜੇ ਵਿਛਾ ਲਏ। ਉਸ ਨੂੰ ਪੂਜਾ ਦਾ ਸਥਾਨ ਬਣਾ ਲਿਆ, ਉਸ ਦੇ ਨੇੜੇ ਹੋ ਕੇ ਬੈਠ ਗਏ। ਮੋਰ ਦੇ ਖੰਭਾਂ ਦਾ ਇੱਕ ਚੌਰ ਬਣਾ ਲਿਆ, ਗੁਰੂ ਜੀ ਦੇ ਨਿਸ਼ਾਨਾ ਵਾਂਗ ਹੋਰ ਸਭ ਕੁਝ ਕਰ ਲਿਆ। ਇੰਨੇ ਵਿੱਚ ਬਹੁਤ ਸੰਗਤ ਆ ਗਈ, ਪੁੱਛਣ ਲੱਗੇ ਕਿ ਗੁਰੂ ਜੀ ਕਿੱਥੇ ਹਨ। ਭਾਈ ਗੁਰਦਾਸ ਜੀ ਨੇ ਉਹਨਾਂ ਪਾਸੋਂ ਸੁਣ ਕੇ ਬੜੇ ਅਦਬ ਨਾਲ ਉਹਨਾਂ ਨੂੰ ਬਿਠਾਇਆ ਅਤੇ ਕਿਹਾ, ਸਾਰੀ ਸੰਗਤ ਇੱਥੇ ਵਿਸ਼ਰਾਮ ਕਰੋ। ਜਦ ਸਾਰੀ ਸੰਗਤ ਇਕੱਠੀ ਹੋ ਗਈ ਤਾਂ ਸਾਰਿਆਂ ਨੂੰ ਮਿੱਠੇ ਬਚਨ ਬੋਲ ਕੇ ਇਸ ਤਰ੍ਹਾਂ ਕਿਹਾ, ਗੁਰੂ ਜੀ ਵਾਸਤੇ ਜੋ ਉਪਹਾਰ ਲਿਆਏ ਹੋ ਅਤੇ ਸ਼ਰਧਾ ਧਾਰਨ ਕਰਕੇ ਦਰਸ਼ਨਾਂ ਵਾਸਤੇ ਆਏ ਹੋ, ਉਹ ਸਾਰੇ ਨਜ਼ਰਾਨੇ ਇਸ ਥਾਂ ਭੇਟ ਕਰ ਦਿਓ, ਫਿਰ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਪ੍ਰਸੰਨ ਹੋ ਕੇ ਚੱਲੋ। ਇਸ ਦਾ ਕੀ ਕਾਰਨ ਹੈ ਉਹ ਮੈਥੋਂ ਸੁਣ ਲਵੋ, ਫਿਰ ਮੂੰਹ ਮੰਗੀ ਇੱਛਾ ਪ੍ਰਾਪਤ ਕਰੋ। ਸ਼੍ਰੀ ਗੁਰੂ ਰਾਮਦਾਸ ਜੀ ਦੇ ਤਿੰਨ ਸਪੁੱਤਰ ਹਨ ਅਤੇ ਗੁਰਗੱਦੀ ਸਭ ਤੋਂ ਛੋਟੇ ਪੁੱਤਰ ਨੂੰ ਦਿੱਤੀ ਹੈ। ਉਹ ਸ਼ਾਂਤ ਰੂਪ ਆਪਣੇ ਘਰ ਵਿੱਚ ਬੈਠੇ ਰਹਿੰਦੇ ਹਨ, ਉਹ ਕਿਸੇ ਨੂੰ ਵੀ ਕੋਈ ਬਚਨ ਨਹੀਂ ਕਹਿੰਦੇ ਹਨ। ਉਹਨਾਂ ਦੇ ਦੋਵੇਂ ਵੱਡੇ ਭਰਾ ਤਾਕਤ ਅਤੇ ਛਲ ਨਾਲ ਸੰਗਤ ਤੋਂ ਧਨ ਖੋਹ ਲੈਂਦੇ ਹਨ। ਉੱਥੇ ਪਹੁੰਚ ਕੇ ਉਹਨਾਂ ਨੂੰ ਧਨ ਨਹੀਂ ਦਿੰਦੇ ਹਨ, ਗਾਲਾਂ ਕੱਢਦੇ ਹਨ ਅਤੇ ਸ਼ਰਾਬ ਲੈਂਦੇ ਹਨ। ਉਹ ਤੁਹਾਥੋਂ ਵੀ ਧਨ ਖੋਹ ਲੈਣਗੇ, ਨਹੀਂ ਤਾਂ ਲੋਭੀ ਲੜਾਈ ਕਰਕੇ ਦੁੱਖ ਦੇਣਗੇ। ਉਹ ਗੁਰੂ ਜੀ ਦੇ ਪਾਸ ਪਹੁੰਚਣ ਨਹੀਂ ਦਿੰਦੇ ਹਨ। ਅਨੇਕ ਪ੍ਰਕਾਰ ਦੇ ਦਾਅ ਲਾ ਕੇ ਹੀ ਗੱਲ ਬਣਦੀ ਹੈ, ਇਸ ਕਰਕੇ ਮੈਂ ਤੁਹਾਨੂੰ ਅਸਲ ਗੱਲ ਦੱਸ ਰਿਹਾ ਹਾਂ। ਮੈਂ ਇਹ ਸਭ ਕੁਝ ਪਰਉਪਕਾਰ ਵਾਸਤੇ ਕਰ ਰਿਹਾ ਹਾਂ। ਇਹ ਸੁਣ ਕੇ ਸੰਗਤ ਨੂੰ ਨਿਸ਼ਚਾ ਹੋ ਗਿਆ ਅਤੇ ਸੋਚਣ ਲੱਗੇ, ਇਹਨਾਂ ਨੇ ਸਹੀ ਗੱਲ ਕਹੀ ਹੈ। ਸਾਰਿਆਂ ਨੇ ਮਿਲ ਕੇ ਚੰਗਾ ਮੰਨਿਆ, ਸਾਰਾ ਧਨ ਦੇ ਦਿੱਤਾ ਜਿੰਨਾ ਵੀ ਉਹ ਲੈ ਕੇ ਆਏ ਸਨ। ਸਾਰੀ ਸੰਗਤ ਨੇ ਆਪਣੀਆਂ ਭੇਟਾਵਾਂ ਦੇ ਦਿੱਤੀਆਂ ਅਤੇ ਫਿਰ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨੀਆਂ ਚਾਹੁੰਦੀਆਂ ਸਨ। ਭਾਈ ਗੁਰਦਾਸ ਜੀ ਨੇ ਸਾਰਿਆਂ ਨੂੰ ਧੀਰਜ ਦਿੱਤਾ ਅਤੇ ਸਾਰਾ ਧਨ ਇਕੱਠਾ ਕਰਕੇ ਆਪਣੇ ਕੋਲ ਰੱਖ ਲਿਆ। ਭਾਈ ਗੁਰਦਾਸ ਜੀ ਫਿਰ ਸਾਰਿਆਂ ਦੇ ਆਗੂ ਹੋ ਕੇ ਚੱਲ ਪਏ, ਸੰਗਤ ਦਾ ਹਿੱਤ ਧਾਰ ਕੇ ਉਹਨਾਂ ਨੂੰ ਆਪਣੇ ਨਾਲ ਲੈ ਲਿਆ। ਹੌਲੀ ਹੌਲੀ ਚੱਲ ਕੇ ਨਗਰ ਵਿੱਚ ਆ ਗਏ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਪਹੁੰਚ ਕੇ ਦਰਸ਼ਨ ਕੀਤੇ। 500 ਰੁਪਏ ਦਾ ਧਨ ਅੱਗੇ ਧਰਿਆ ਅਤੇ ਕਿਹਾ, ਇਹ ਸਾਰੀ ਆਪਣੀ ਭੇਟਾ ਲਵੋ। ਸੰਗਤ ਨੂੰ ਵੇਖ ਕੇ ਪ੍ਰਿਥੀਮਲ ਨੇ ਆਪਣੇ ਸੇਵਕ ਭੇਜੇ, ਸਾਰਿਆਂ ਨੂੰ ਘੇਰ ਕੇ ਮੇਰੇ ਪਾਸ ਲਿਆਓ, ਅਣਜਾਣ ਸਿੱਖ ਹਨ, ਸਾਰਿਆਂ ਨੂੰ ਮੋੜ ਲਿਆਓ। ਸੇਵਕ ਕਹਿਣ ਲੱਗੇ, ਗੁਰੂ ਸਾਹਿਬ ਦੇ ਵੱਡੇ ਪੁੱਤਰ ਦੇ ਚੱਲ ਕੇ ਦਰਸ਼ਨ ਕਰੋ। ਕੁਝ ਸੇਵਕ ਭਾਈ ਮਹਾਦੇਵ ਜੀ ਨੇ ਭੇਜੇ, ਕਹਿਣ ਲੱਗੇ ਇਕੱਠੇ ਕਰਕੇ ਮੇਰੇ ਪਾਸ ਲਿਆਓ। ਸਾਰੀ ਸੰਗਤ ਘੇਰ ਕੇ ਖੜ੍ਹੀ ਕਰ ਲਈ, ਕਿਸੇ ਨੂੰ ਵੀ ਅੱਗੇ ਨਾ ਜਾਣ ਦਿੱਤਾ। ਦੋਹਾਂ ਪਾਸਿਆਂ ਦੇ ਸੇਵਕਾਂ ਤੋਂ ਸੁਣ ਕੇ ਸਿੱਖ ਸੰਗਤ ਨੇ ਕਹਿ ਕੇ ਸਮਝਾਇਆ, ਜਿੰਨੀ ਵੀ ਗੁਰੂ ਜੀ ਵਾਸਤੇ ਸਾਡੇ ਪਾਸ ਭੇਟਾ ਸੀ ਉਹ ਹੁਣੇ ਭਾਈ ਗੁਰਦਾਸ ਜੀ ਲੈ ਗਏ ਹਨ। ਹੁਣ ਤਾਂ ਕੇਵਲ ਗੁਰੂ ਜੀ ਦਾ ਦਰਸ਼ਨ ਮਾਤਰ ਹੀ ਰਹਿ ਗਿਆ ਹੈ, ਉਹ ਅਸੀਂ ਕਰਾਂਗੇ ਜਿਹੋ ਜਿਹਾ ਗੁਰੂ ਜੀ ਨੂੰ ਵੇਖਾਂਗੇ। ਇਹ ਸੁਣ ਕੇ ਸੇਵਕ ਸੰਗਤਾਂ ਨੂੰ ਤਾੜਨਾ ਕਰਨ ਲੱਗੇ, ਗੁਰੂ ਜੀ ਦੀ ਕਾਰ ਭੇਟ ਕਿਸ ਨੂੰ ਦੇ ਦਿੱਤੀ ਹੈ? ਗੁਰੂ ਜੀ ਦੀ ਗੱਦੀ ਉੱਤੇ ਵੱਡੇ ਪੁੱਤਰ ਬੈਠੇ ਹਨ, ਉਹੀ ਕੇਵਲ ਸੰਗਤ ਦੇ ਪੂਜਣ ਯੋਗ ਹਨ। ਉਹ ਕਾਰ ਭੇਟ ਗੁਰੂ ਜੀ ਨੂੰ ਪਰਵਾਹ ਨਹੀਂ, ਵੱਡੇ ਨੂੰ ਛੱਡ ਕੇ ਛੋਟੇ ਨੂੰ ਦੇ ਦਿੱਤੀ ਹੈ। ਹੁਣ ਤਾਂ ਜੋ ਹੋਣਾ ਸੀ ਹੋ ਗਿਆ ਹੈ, ਅੱਗੇ ਤੋਂ ਅਜਿਹਾ ਨਹੀਂ ਕਰਨਾ ਹੈ। ਜਦ ਵੀ ਆਉਂਦੇ ਹੋ ਪ੍ਰਿਥੀ ਚੰਦ ਦੇ ਘਰ ਚੱਲ ਕੇ ਆਓ, ਤੁਹਾਨੂੰ ਕਹਿ ਦਿੱਤਾ ਹੈ, ਹੋਰ ਕਿਸੇ ਨੂੰ ਮਨ ਵਿੱਚ ਨਾ ਲਿਆਓ। ਇਤਿਆਦ ਬਹੁਤ ਸਮਝਾਇਆ, ਆਪਣੀ ਬਹੁਤ ਉਸਤਤ ਕੀਤੀ। ਜਦ ਸਿੱਖਾਂ ਨੂੰ ਖਾਲੀ ਹੱਥ ਵੇਖ ਲਿਆ ਤਾਂ ਜਿਹੜਾ ਉਹਨਾਂ ਨੂੰ ਘੇਰਿਆ ਸੀ ਉਹ ਛੱਡ ਦਿੱਤਾ। ਫਿਰ ਸਾਰੇ ਚੱਲ ਕੇ ਗੁਰੂ ਅਰਜਨ ਦੇਵ ਜੀ ਦੇ ਪਾਸ ਆਏ, ਦਰਸ਼ਨ ਕਰਕੇ ਮਨ ਵਿੱਚ ਆਨੰਦ ਪ੍ਰਾਪਤ ਕੀਤਾ, ਦਿਲ ਦੀ ਕਾਮਨਾ ਪੂਰੀ ਹੋਈ ਅਤੇ ਸਤਿਗੁਰੂ ਜੀ ਦੀ ਮਹਿਮਾ ਜਾਣੀ। ਗੁਰੂ ਜੀ ਦਾ ਨਿਰਵਿਕਾਰ ਮਨ, ਸ਼ਾਂਤ ਸਰੂਪ ਅਤੇ ਮੱਥੇ ਉੱਤੇ ਅਨੁਪਮ ਜੋਤ ਜਗ ਰਹੀ ਸੀ। ਉਦਾਰ ਮੁਖੜਾ, ਗਰੀਬਾਂ ਮਸਕੀਨਾਂ ਦੇ ਦਾਤੇ, ਸੁੰਦਰ ਮਿੱਠੀ ਅੰਮ੍ਰਿਤ ਵਰਗੀ ਬੋਲੀ, ਤ੍ਰਿਸ਼ਨਾ ਕਲੇਸ਼ ਆਦਿ ਲੇਸ਼ ਮਾਤਰ ਵੀ ਨਹੀਂ ਸੀ, ਅਤੇ ਜਿਨ੍ਹਾਂ ਦਾ ਉਪਦੇਸ਼ ਮੁਕਤੀ ਬਖਸ਼ਣ ਵਾਲਾ ਸੀ। ਉਹਨਾਂ ਸਭ ਨੂੰ ਨਿਸ਼ਚਾ ਹੋ ਗਿਆ, ਗੁਰੂ ਜੀ ਇਹੋ ਹਨ, ਹੋਰ ਸਾਰੇ ਲੋਭੀ ਹਨ, ਕੇਵਲ ਧਨ ਚਾਹੁੰਦੇ ਹਨ। ਸਤਿਗੁਰੂ ਰਾਮਦਾਸ ਜੀ ਕਿਰਪਾ ਨਿਧਾਨ ਨੇ ਇਹਨਾਂ ਨੂੰ ਹੀ ਆਪਣੇ ਸਥਾਨ 'ਤੇ ਬਿਠਾਇਆ ਹੈ।
ਦੂਸਰੇ ਭੋਲੇ ਭਾਲੇ ਸਿੱਖਾਂ ਨੂੰ ਭੁਲਾਉਂਦੇ ਹਨ ਅਤੇ ਧਨ ਖਾਤਰ ਆਪਣੇ ਆਪਣੇ ਘਰ ਲੈ ਕੇ ਜਾਂਦੇ ਹਨ। ਉਹਨਾਂ ਵਿੱਚ ਕੋਈ ਗੁਣ ਹੀ ਨਹੀਂ, ਕਲਿਆਣ ਕਿਵੇਂ ਕਰਨਗੇ ਜਿਵੇਂ ਜਿਵੇਂ ਸਿੱਖਾਂ ਤੋਂ ਧਨ ਲੈਂਦੇ ਹਨ। ਇਹਨਾਂ ਵਿੱਚ ਉਹਨਾਂ ਵਰਗਾ ਵਿਕਾਰ ਨਹੀਂ ਹੈ, ਇਹ ਸਤਿਗੁਰੂ ਜੀ ਦੀ ਉੱਤਮ ਮੂਰਤ ਹਨ। ਯਥਾ ਯੋਗ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਦਾ ਆਦਰ ਕੀਤਾ ਅਤੇ ਸਾਰੇ ਸਿੱਖਾਂ ਨੂੰ ਮਿਲੇ, ਸਾਰਿਆਂ ਵਾਸਤੇ ਅਨਾਜ ਮੰਗਵਾ ਕੇ ਲੰਗਰ ਤਿਆਰ ਕਰਵਾ ਕੇ ਛਕਾਇਆ। ਗੁਰਤਾ ਵਾਲੀ ਸਾਰੀ ਰੀਤੀ ਕੀਤੀ ਅਤੇ ਸਿੱਖਾਂ ਨੇ ਬੜੀ ਪ੍ਰੀਤ ਨਾਲ ਸਿਰੋਪਾਏ ਪ੍ਰਾਪਤ ਕੀਤੇ। ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਆਪਣੇ ਦੇਸ਼ਾਂ ਨੂੰ ਚਲੇ ਗਏ। ਗੁਰੂ ਜੀ ਦੀ ਸਿਫਤ ਸਲਾਹ ਕਰਕੇ ਸਾਰਿਆਂ ਨੂੰ ਸੁਣਾਉਂਦੇ ਸਨ। ਜਿੱਥੇ ਕਿੱਥੇ ਵੀ ਸਿੱਖ ਸੰਗਤ ਆਪਸ ਵਿੱਚ ਮਿਲਦੀ ਸੀ ਉੱਥੇ ਹੀ ਇਹ ਕਹਿ ਕੇ ਸੁਣਾਉਂਦੀ ਸੀ, ਹੁਣ ਸ਼੍ਰੀ ਅਰਜਨ ਦੇਵ ਜੀ ਗੁਰੂ ਬਣੇ ਹਨ। ਦੇਸ਼ ਦੇ ਕਈ ਨਗਰਾਂ ਅਤੇ ਸਮੂਹ ਪਿੰਡਾਂ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਚੰਦਰਮਾ ਵਾਂਗ ਜਸ ਪ੍ਰਗਟ ਹੋਇਆ। ਸਾਰੀ ਸੰਗਤ ਗੁਰੂ ਜੀ ਪਾਸ ਆਉਂਦੀ ਸੀ ਅਤੇ ਹੱਥ ਜੋੜ ਕੇ ਅਰਦਾਸ ਕਰਦੀ ਸੀ। ਸੋ ਸਾਧ ਸੰਗਤ ਜੀ, ਇੱਥੇ ਦੂਸਰੀ ਰਾਸ ਦਾ 28ਵਾਂ ਅਧਿਆਇ ਸਮਾਪਤ ਹੁੰਦਾ ਹੈ ਜੀ। ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।